ਹੁਣ ਆਪਾਂ ਅਬੋਹਰ ਦੀ ਇੱਕ ਇਹੋ ਜਿਹੀ ਜਗ੍ਹਾ 'ਤੇ ਚੱਲੇ ਹਾਂ ਜਿੱਥੇ ਅਬੋਹਰ 'ਚ ਕੀ ਹੁੰਦਾ ਕਿ ਆਸੇ ਪਾਸੇ ਮੀਂਹ ਪੈਂਦਾ, ਲੇਕਿਨ ਉਸ ਪਰਟੀਕੁਲਰ ਜਗ੍ਹਾ 'ਤੇ ਮੀਂਹ ਨਹੀਂ ਪੈਂਦਾ। ਮੰਨ ਲਓ ਕੋਈ ਆਪਾਂ ਇੱਥੇ ਕੋਈ ਜੁਗਾੜ ਲਾ ਕੇ ਛੱਤ ਪਾ ਵੀ ਦਈਏ ਅਤੇ ਉਹ ਛੱਤ ਕਦੀ ਵੀ ਟਿਕੇਗੀ ਨਹੀਂ। ਕਿੱਦਾਂ ਘੈਂਟ ਹੋ ਸਾਰੇ, ਮੈਂ ਚੱਲਾਂ ਅਬੋਹਰ। ਅਬੋਹਰ ਹੈਗਾ ਮੇਰੇ ਨਾਨਕੇ। ਆ ਜਿਹੜਾ ਬੰਦਾ ਮੇਰੇ ਨਾਲ ਫੋਨ 'ਤੇ ਗੱਲ ਕਰ ਰਿਹਾ, ਇਹ ਹੈਗਾ ਮੇਰੇ ਵੱਡੇ ਮਾਮੇ ਦਾ ਮੁੰਡਾ। ਅਤੇ ਹਾਂ, ਹੋਰ ਫੈਮਿਲੀ ਹੈ, ਹੈਡ ਆਫ ਦਾ ਫੈਮਿਲੀ, ਇਹ ਆਪਣੇ ਆਪ ਨੂੰ ਹੈਡ ਆਫ ਦੀ ਫੈਮਿਲੀ ਕਹਿ ਰਿਹਾ। ਹੋਰ ਹੋਰ ਬਸ ਇਹੀ ਹੈ ਕਿ ਛੋਟੇ ਮੋਟੇ ਡਿਸੀਜਨ ਸਾਰੇ ਆਪਾਂ ਹੀ ਲਈਦੇ, ਛੋਟੇ ਮੋਟੇ ਡਿਸੀਜਨ ਸਾਰੇ ਆਪਾਂ ਹੀ ਲਈਦੇ ਵੀ ਰੋਜ਼ ਕਿਹੜੇ ਰੰਗ ਦਾ ਕੱਛਾ ਕੁੱਛਾ ਪਾਉਣਾ। ਹੁਸਨ ਕਹਿੰਦੇ ਜਾ ਜਿੰਦੀ, ਤੁਸੀਂ ਇਸ ਟਾਈਮ ਆਵਾਜ਼ ਸੁਣ ਰਹੇ ਹੋ। ਕੋਈ ਨੀ, ਤੁਹਾਨੂੰ ਅੱਗੇ ਵਲੌਗ ਚ ਵਿਖਾਣੇ ਆਂਦਾ ਹੁਸਨ ਬਸ। ਅੱਛਾ ਅੱਛਾ, ਕੋਈ ਨੀ, ਲੈ ਹੁਣ ਵਿਖਾਣਾ ਹੀ ਆ ਵਲੌਗ ਚ। ਨੰਬਰ ਲਾਣ ਦੀ ਕੋਸ਼ਿਸ਼ ਕਰ ਰਿਹਾ ਸਾਡੇ ਤੇ। ਆਪਾਂ ਪਹੁੰਚ ਗਏ ਹਾਂ ਅਬੋਹਰ, ਅਤੇ ਤੁਹਾਨੂੰ ਉਹ ਵਾਲੇ ਬੰਦੇ ਨਾਲ ਬੁਲਾਉਂਦੇ ਹਾਂ ਜਿਹੜੇ ਬੰਦਾ ਹੁਸਨ ਹੁਸਨ ਕਰਦਾ ਪਿਆ ਸੀ। ਹਾਂਜੀ, ਕੀ ਹਾਲ ਨੇ, ਆ ਗਏ ਹੋ? ਦੇਖਿਆ ਮੇਰੇ ਮੁੰਡੇ ਦਾ ਹੁਸਨ, ਹੋਰ ਠੀਕ ਹੋ? ਘਬਰ ਕਦੋਂ ਗਿਆ ਰਿਹਾ ਕੈਮਰੇ ਸਾਹਮਣੇ? ਮੈਂ ਕਦੋਂ ਘਬਰਿਆ? ਸ਼ਕਲ ਤਾਂ ਲੱਗ ਰਿਹਾ ਨਾ ਘਬਰਿਆ। ਮੈਂ ਕੋਈ ਘਬਰਾਇਆ ਨਹੀਂ। ਆਹ ਮੇਰੀ ਭੈਣ, ਵੱਡੇ ਮਾਮੇ ਦੀ ਵੱਡੀ ਕੁੜੀ ਹੈ, ਤੇ ਮੇਰੇ ਮਾਮਾ ਜੀ ਸਾਡੇ ਐਸ ਡੀ ਓ ਸਾਹਿਬ, ਐਸ ਡੀ ਓ ਸਾਹਿਬ ਸਾਡੇ ਸਾਡੇ ਮਾਮੀ ਜੀ ਕੈਮਰੇ ਕਰਕੇ ਪਾਠ ਪੂਜਾ ਕਰ ਰਹੇ ਕਰਦੇ। ਮੇਰੇ ਨਾਨੀ ਜੀ, ਸਾਡੇ ਜੀ ਆਈ, ਵੈਲਕਮ ਟੂ ਬੀਬੀ 15 ਮਿਸ਼ਨ ਰਿਸ਼ੀ। ਸਾਡੇ ਸਾਰੀ ਫੈਮਿਲੀ ਦੇ ਲੋਨ ਇੱਧਰੋਂ ਪਾਸ ਹੁੰਦੇ ਆ। ਰਾਤੀ ਅਬੋਹਰ ਆਉਣ ਤੋਂ ਬਾਅਦ ਅਸੀਂ ਇੱਕ ਰੈਸਟੋਰੈਂਟ ਗਏ ਡਿਨਰ ਕਰਨ ਵਾਸਤੇ, ਜਿਹਦਾ ਰੈਸਟੋਰੈਂਟ ਦਾ ਨਾਮ ਸੀ ਰੁਤਬਾ ਰੈਸਟੋਰੈਂਟ। ਵਧੀਆ ਗਿਆ ਸੀ, ਲੇਕਿਨ ਮੈਂ ਕੈਮਰਾ ਨਾਲ ਲੈ ਕੇ ਨਹੀਂ ਗਿਆ, ਕਿਉਂਕਿ ਯਾਰ ਉੱਥੇ ਮਿਊਜ਼ਿਕ ਵਗੈਰਾ ਚੱਲਦਾ ਹੁੰਦਾ ਅਤੇ ਪਿੱਛੇ ਕਾਪੀਰਾਈਟ ਦਾ ਇਸ਼ੂ ਹੋ ਜਾਂਦਾ। ਹੁਣ ਆਪਾਂ ਅਬੋਹਰ ਦੀ ਇੱਕ ਇਹੋ ਜਿਹੀ ਜਗ੍ਹਾ 'ਤੇ ਚੱਲੇ ਹਾਂ ਜਿੱਥੇ ਅਬੋਹਰ 'ਚ ਕੀ ਹੁੰਦਾ ਕਿ ਆਸੇ ਪਾਸੇ ਮੀਂਹ ਪੈਂਦਾ, ਲੇਕਿਨ ਉਸ ਪਰਟੀਕੁਲਰ ਜਗ੍ਹਾ 'ਤੇ ਮੀਂਹ ਨਹੀਂ ਪੈਂਦਾ। ਬਾਕੀ ਜਿਸ ਰਿਸ਼ਤੇਦਾਰ ਦੇ ਘਰ ਜਾਓ, ਉਸ ਰਿਸ਼ਤੇਦਾਰ ਨੂੰ ਥੋੜ੍ਹੀ ਸਮਝ ਹੋਣੀ ਚਾਹੀਦੀ ਹੈ ਵੀ ਜਿੰਨੀ ਦੇਰ ਤੱਕ ਜਿਹੜੇ ਮਹਿਮਾਨ ਆਏ ਹੁੰਦੇ ਆ ਉਹ ਰੋਟੀ ਰੋਟੀ ਖਾਣੀ ਨਾ ਸ਼ੁਰੂ ਕਰਨ, ਤਾਂ ਬੰਦੇ ਨੂੰ ਆਪ ਸ਼ੁਰੂ ਨਹੀਂ ਕਰਨੀ ਚਾਹੀਦੀ। ਆਹ ਵੇਖੋ, ਆਹ ਮੇਰਾ ਮਾਮੇ ਦਾ ਮੁੰਡਾ ਹੈ, ਦੁੱਧੀ ਪੀਤੇ ਦੁੱਧੀ। ਪੰਜਾਬੀ ਚੈਨਲ ਹੈ, ਤੂੰ ਹਿੰਦੀ ਤੇ ਕਿਉਂ ਆ ਗਿਆ? ਦੁੱਧੀ ਪੀਤਾ ਯਾਰ, ਮੈਂ ਕਿਹੜਾ ਪਰਾਂਠੇ ਖਾ ਲਏ, ਦੁੱਧ ਤਾਂ ਪੀ ਸਕਦੇ ਆ। ਮੇਰਾ ਵੀਰਾ ਕੈਨੇਡਾ ਚੱਲਾ, ਉੱਥੇ ਕੋਈ ਇਹਨੂੰ ਕੋਈ ਆਨਲਾਈਨ ਕੁੜੀ ਮਿਲੀ ਹੈ, ਸਟੈਫਨੀ, ਬਸ ਉਹਦੇ ਚੱਕਰ 'ਚ ਕੈਨੇਡਾ ਚੱਲਾ। ਕੋਈ ਉਹ ਜੀ ਗੱਲ ਨਹੀਂ, ਆਪਾਂ ਆਪਦਾ ਕਰੀਅਰ ਬਣਾਉਣ ਚੱਲੇ ਹਾਂ, ਇਹ ਜੀ ਕੋਈ ਗੱਲ ਮੈਂ ਆਪਣੇ ਬਚਪਨ ਦੇ ਬਹੁਤ ਮਹੀਨੇ ਇਸ ਘਰ 'ਚ ਬਿਤਾਏ ਹੈ, ਮਤਲਬ ਕਿ ਗਰਮੀ ਦੀ ਛੁੱਟੀਆਂ ਜਿਵੇਂ ਹੀ ਪੈਣੀਆਂ ਅਸੀਂ ਇੱਥੇ ਆ ਜਾਣਾ, ਜਿਵੇਂ ਹਰ ਬੰਦਾ ਨਾਨਕੇ ਜਾਂਦਾ ਵੀ ਅਸੀਂ ਵੀ ਮੂੰਹ ਚੱਕ ਕੇ ਨਾਨਕੇ ਆ ਜਾਂਦੇ ਹੁੰਦੇ ਸੀ। ਇਹ ਤਾਂ ਮੂੰਹ ਚੱਕ ਕੇ ਆਏ ਨਹੀਂ ਸੀ, ਬਾਕੀ ਝੇਲਣਾ ਤਾਂ ਸਾਨੂੰ ਹੀ ਪੈਂਦਾ ਸੀ ਨਾ, ਹੋਸਪਿਟੈਲਿਟੀ ਸਾਰਾ ਕੁਛ। ਦੇਖਿਆ ਉਹਨੇ, ਸੁਣਾਇਆ ਜਾ ਰਿਹਾ ਬਹੁਤ ਸੈਲਫਿਸ਼ ਬੰਦਾ ਹੈ। ਮੈਂ ਕੋਈ ਸੈਲਫਿਸ਼ ਨਹੀਂ ਹੈਗਾ, ਪਹਿਲੇ ਇਹ ਵਾਲਾ ਕਮਰਾ ਹੁਣ ਡਰਾਇੰਗ ਰੂਮ ਹੈ, ਪਹਿਲੇ ਕਮਰਾ ਬੈਡਰੂਮ ਹੁੰਦਾ ਹੁੰਦਾ ਸੀ, ਇੱਥੇ ਬੈੱਡ ਲੱਗਾ ਹੁੰਦਾ ਹੁੰਦਾ ਸੀ, ਇੱਥੇ ਟੀਵੀ ਲੱਗਾ ਹੁੰਦਾ ਸੀ, ਇਹਦੇ ਕੋਲ ਸਾਰੇ ਕੋਲ ਇੱਕ ਵੀਡੀਓ ਗੇਮ ਹੁੰਦੇ ਹੀ ਹੁੰਦੇ ਸੀ, ਇਕੱਲਾ ਖੇਡਦਾ ਰਹਿੰਦਾ ਹੁੰਦਾ ਸੀ। ਜਦੋਂ ਅਸੀਂ ਕਹਿੰਦੇ ਸਾਨੂੰ ਦੇ ਖੇਡਣ ਵਾਸਤੇ, ਇਹਨੇ ਕਹਿੰਦਾ ਲਾਈਟ ਚਲੀ ਗਈ। ਅੱਛਾ, ਐਵੇਂ ਹੁੰਦਾ ਸੀ, ਇੱਥੇ ਪੀਂਘ ਲੱਗੀ ਹੁੰਦੀ ਸੀ, ਸਾਰਾ ਦਿਨ ਪੀਂਘ ਹੀ ਝੂਟਦੇ ਰਹੀਦਾ ਸੀ। ਚਲੋ ਠੀਕ ਹੈ ਮਾਮੀ, ਫਿਰ ਬਸ ਚਲੀਏ, ਲੰਬੀ ਉਮਰ ਕਰੇ, ਵਧੀਆ ਵਧੀਆ ਤੁਹਾਨੂੰ ਕਾਮਯਾਬ ਕਰੇ। 500 ਦਿੱਤਾ ਜੀ ਮਾਮੇ ਨੇ, ਤੇ ਆਪਾਂ ਮਨਾ ਨਹੀਂ ਕਰੀਦਾ, ਕਿਉਂ ਕਰੀਏ, ਕਾਮਯਾਬ ਕਰੇ ਤੈਨੂੰ ਪਰਮਾਤਮਾ। ਚਲੋ ਠੀਕ ਹੈ ਨਾਨੀ, ਓਕੇ ਜੀ, ਬਾਏ। ਚੱਲ ਸੰਗੀਤ ਚੱਲੀਏ। ਹੁਣ ਅਸੀਂ ਪਹੁੰਚੇ ਹਾਂ
ਪੰਜ ਪੀਰ If you're right here next to me Something's wrong, wasn't it fun? Is it now we're done? You get dressed, I'm like a mess And you tell me to confess And you tell me to confess Oh ਹੁਣ ਹੋਇਆ ਕੀ ਸੀ ਕਿ ਅਬੋਹਰ ਦਾ ਪਹਿਲੇ ਨਾਮ ਹੁੰਦਾ ਸੀ ਆਬੂ ਨਗਰੀ ਅਤੇ ਆਬੂ ਨਗਰੀ ਦਾ ਜਿਹੜਾ ਰਾਜਾ ਹੁੰਦਾ ਸੀ ਉਹਨੂੰ ਪੈ ਗਿਆ ਸੀ ਕੋੜ ਅਤੇ ਉਹਨੂੰ ਕਿਸੇ ਬੰਦੇ ਵੈਦ ਨੇ ਕਿਹਾ ਸੀ ਕਿ ਉਹਦਾ ਕੋੜ ਜਿਹੜੇ ਆ ਬਾਬਿਆਂ ਦੇ ਬਾਬਾ ਜੀ ਜਿਹੜੇ ਹੈਗੇ ਇਹਨਾਂ ਕੋਲ ਨਾ ਘੋੜੇ ਹੁੰਦੇ ਸੀ ਉਹਨਾਂ ਦੇ ਘੋੜਿਆਂ ਦੇ ਖੂਨ ਨਾਲ ਹੀ ਠੀਕ ਹੋਏਗਾ ਲੇਕਿਨ ਜਦੋਂ ਰਾਜੇ ਨੇ ਬਾਬਾ ਜੀ ਨੂੰ ਕਿਹਾ ਕਿ ਹਾਂਜੀ ਵੀ ਐਵੇਂ ਐਵੇਂ ਕਰਕੇ ਗੱਲ ਹੈਗੀ ਹੈ ਲੇਕਿਨ ਇਹਨਾਂ ਨੇ ਆਪਣੇ ਘੋੜੇ ਦੇਣੇ ਮਨ੍ਹਾ ਕਰਤੇ ਫਿਰ ਕੀ ਹੋਇਆ ਸੀ ਜਿਹੜੀ ਰਾਜੇ ਦੀ ਕੁੜੀ ਸੀ ਉਹਨਾਂ ਨੇ ਕੀ ਪਲੈਨ ਬਣਾਇਆ ਕਿ ਉਹ ਨਾ ਬਾਬਾ ਜੀ ਦੇ ਨਾ ਘੋੜੇ ਨਾ ਚੋਰੀ ਕਰਕੇ ਲਿਆਏ ਜਦੋਂ ਬਾਬਾ ਜੀ ਵਾਲਾ ਨੂੰ ਪਤਾ ਚੱਲਿਆ ਕਿ ਐਵੇਂ ਕਰਕੇ ਸਾਡੇ ਘੋੜੇ ਚੋਰੀ ਹੋ ਗਿਆ ਦੈਨ ਇਹ ਪਹਿਲੇ ਮੁਲਤਾਨ ਰਹਿੰਦੇ ਹੁੰਦੇ ਦੈਨ ਮੁਲਤਾਨ ਤੋਂ ਇੱਥੇ ਆਏ ਇਹਨਾਂ ਨੇ ਰਾਜੇ ਨੂੰ ਬਹੁਤ ਮੈਸੇਜਸ ਭੇਜੇ ਕਿ ਸਾਡੇ ਘੋੜੇ ਵਾਪਸ ਕਰ ਦਿਉ ਸਾਡੇ ਘੋੜੇ ਵਾਪਸ ਕਰ ਦਿਉ ਲੇਕਿਨ ਉਹਨਾਂ ਨੇ ਘੋੜੇ ਵਾਪਸ ਨਹੀਂ ਕੀਤੇ ਫਿਰ ਮੁਲਤਾਨ ਤੋਂ ਆ ਕੇ ਬਾਬਾ ਜੀ ਵਾਲਿਆਂ ਨੇ ਕੀ ਕੀਤਾ ਕਿ ਜਿਹੜਾ ਆਪਣਾ ਆਹ ਪੇੜ ਸੀ ਇਹਦੇ ਕੋਲ ਆ ਕੇ ਇਹਨਾਂ ਨੇ ਆਪਣਾ ਸਾਰਾ ਰਹਿਣ ਰੂਹਣ ਦਾ ਇੰਤਜ਼ਾਮ ਕੀਤਾ ਅਤੇ ਉਹ ਇੱਥੇ ਹੀ ਆਪਣਾ ਰਾਤੀ ਆ ਕੇ ਸੌਂਦੇ ਹੁੰਦੇ ਸੀ ਅਤੇ ਇੱਥੋਂ ਹੀ ਆਪਣਾ ਖਾਂਦੇ ਪੀਂਦੇ ਹੁੰਦੇ ਸਾਰਾ ਇੱਥੇ ਸਾਰਾ ਇੰਤਜ਼ਾਮ ਕਰਦੇ ਹੁੰਦੇ ਸੀ ਬਟ ਜਿਹੜੇ ਉਹਨਾਂ ਨੇ ਘੋੜੇ ਲੈਣੇ ਸੀ ਵਾਪਸ ਉਹ ਘੋੜੇ ਰਾਜੇ ਨੇ ਉਹਨਾਂ ਨੂੰ ਵਾਪਸ ਨਹੀਂ ਦਿੱਤੇ ਕਿਉਂ ਤਾਂ ਕਿ ਉਹ ਉਹਨਾਂ ਦੇ ਖੂਨ ਨਾਲ ਆਪਣਾ ਜਿਹੜਾ ਕੋੜ ਦੀ ਬਿਮਾਰੀ ਹੈ ਉਹ ਦੂਰ ਕਰ ਸਕੇ ਉਸ ਤੋਂ ਬਾਅਦ ਕੀ ਹੋਇਆ ਕਿ ਇਹਨਾਂ ਨੇ ਰਾਜੇ ਨੂੰ ਸ਼ਰਾਪ ਦਿੱਤਾ ਕਿ ਐਵੇਂ ਕਰਕੇ ਤੇਰੀ ਇੱਥੇ ਕੋਈ ਨਗਰੀ ਹੁੰਦੀ ਹੁੰਦੀ ਸੀ ਤਾਂ ਕਿ ਉਹ ਨਗਰੀ ਸਾਡੀ ਬਸਮ ਹੋ ਜਾਵੇ ਤਾਂ ਉਹੀ ਹੋਇਆ ਕਿ ਇੱਥੇ ਸਾਰੀ ਨਗਰੀ ਉਹਦੀ ਬਸਮ ਹੋ ਗਈ ਸੀ ਦੈਨ ਉਸ ਤੋਂ ਬਾਅਦ ਕੀ ਹੋਇਆ ਸੀ ਕਿ ਜਿਹੜੇ ਇਹਨਾਂ ਦੀ ਵਾਈਫਸ ਹੈਗੀਆਂ ਸੀ ਇਹ ਉਹਨਾਂ ਨੂੰ ਮਨ੍ਹਾ ਕਰਕੇ ਆਏ ਸੀ ਕਿ ਮੁਲਤਾਨ ਤੋਂ ਇੱਥੇ ਨਹੀਂ ਆਉਣਾ ਅਸੀਂ ਘੋੜੇ ਲੈ ਕੇ ਵਾਪਸ ਆ ਜਾਵਾਂਗੇ ਲੇਕਿਨ ਉਹ ਇਹਨਾਂ ਦੇ ਪਿੱਛੇ ਆ ਗਿਆ ਅਤੇ ਇੱਥੇ ਪਹਿਲੇ ਜੇ ਸਾਰਾ ਏਰੀਆ ਹੁੰਦਾ ਸੀ ਹੁਣ ਤਾਂ ਆਸੇ ਪਾਸੇ ਘਰ ਬਣ ਗਏ ਲੇਕਿਨ ਪਹਿਲੇ ਕੀ ਹੁੰਦਾ ਸੀ ਸਾਰਾ ਏਰੀਆ ਖਾਲੀ ਹੁੰਦਾ ਹੁੰਦਾ ਸੀ ਇਸ ਕਰਕੇ ਕੀ ਇਹਨਾਂ ਨੂੰ ਦੂਰੋਂ ਹੀ ਪਤਾ ਚੱਲ ਗਿਆ ਕਿ ਇਹਨਾਂ ਦੀ ਵਾਈਫਸ ਆ ਰਹੀਆਂ ਇਹਨਾਂ ਨੇ ਉਹਨਾਂ ਨੂੰ ਵੀ ਸ਼ਰਾਫ ਦੇ ਦਿੱਤਾ ਸੀ ਕਿ ਉਹ ਵੀ ਇੱਥੇ ਹੀ ਭਸਮ ਹੋ ਗਿਆ ਸੀ ਜਾਣੀ ਕਿ ਇੱਥੋਂ ਦੀ ਅੱਗੇ ਜਾਓਗੇ ਤਾਂ ਇਹ ਜਿਵੇਂ ਇਹ ਵਾਲੀ ਜਗ੍ਹਾ ਨੂੰ ਪੰਜ ਪੀਰ ਕਿਹਾ ਜਾਂਦਾ ਠੀਕ ਹੈ ਜਿਹੜੀ ਉਹਨਾਂ ਦੀ ਜਗ੍ਹਾ ਹੈਗੀ ਹੈ ਉਹਨਾਂ ਨੂੰ ਪੰਜ ਪੀਰਨੀਆਂ ਕਿਹਾ ਜਾਂਦਾ ਦੈਨ ਉਸ ਤੋਂ ਬਾਅਦ ਕਿਹਾ ਜਿਹੜੇ ਆਪਣੇ ਆਹ ਪੰਜ ਪੀਰ ਹੈਗੇ ਇਹਨਾਂ ਨੇ ਵੀ ਇੱਥੇ ਹੀ ਆਪਣਾ ਸਮਾਧੀ ਲੈ ਲਈ ਸੀ ਬਾਕੀ ਜਿਹੜੇ ਪੰਜ ਪੀਰ ਹੈਗੇ ਸੀ ਉਹਨਾਂ ਦਾ ਨਾਮ ਇਹ ਹੈਗਾ ਅਤੇ ਇਹਦੇ ਉੱਤੇ ਨਾ ਕੋਈ ਕਦੀ ਵੀ ਛੱਤ ਨਹੀਂ ਪਾ ਸਕਦੇ ਇਹ ਵੀ ਇਹ ਹੈ ਕਿ ਜਿਹੜਾ ਆਪਣਾ ਇਹ ਵਾਲਾ ਪੇੜ ਹੈ ਇਹਦੇ 'ਤੇ ਇੱਕ ਤੁਸੀਂ ਪੱਤਾ ਵੀ ਨਹੀਂ ਤੋੜ ਸਕਦੇ ਟਾਹਣੀ ਤਾਂ ਦੂਰ ਦੀ ਗੱਲ ਹੈ ਇਸ ਕਰਕੇ ਇਹਦੇ ਉੱਤੇ ਨਾ ਕਦੀ ਵੀ ਛੱਤ ਨਹੀਂ ਪਾਈ ਜਾ ਸਕਦੀ ਜਿਹੜੀ ਇਹਨਾਂ ਨੇ ਆਹ ਵੀ ਛੱਤ ਪਾਈ ਹੈ ਉਹ ਵੀ ਪ੍ਰੋਪਰ ਇੱਕ ਅਰਦਾਸ ਕਰਨ ਤੋਂ ਬਾਅਦ ਪਾਈ ਹੈ ਅਤੇ ਮੰਨ ਲਓ ਕੋਈ ਆਪਾਂ ਇੱਥੇ ਕੋਈ ਜੁਗਾੜ ਲਾ ਕੇ ਛੱਤ ਪਾ ਵੀ ਦਈਏ ਅਤੇ ਉਹ ਛੱਤ ਕਦੀ ਵੀ ਟਿਕੇਗੀ ਨਹੀਂ ਅਤੇ ਜਿਹੜੀ ਉਹ ਮੈਂ ਪਹਿਲੇ ਵਲੌਗ 'ਚ ਮੀਂਹ ਵਾਲੀ ਗੱਲ ਕਹੀ ਸੀ ਬਾਕੀ ਥਾਂ 'ਤੇ ਮੀਂਹ ਪੈਂਦਾ ਇੱਥੇ ਨਹੀਂ ਪੈਂਦਾ ਉਹ ਹੁਣੇ ਅਸੀਂ ਕਨਫਰਮ ਕੀਤੀ ਉਹ ਵਾਲੀ ਗੱਲ ਸਹੀ ਨਹੀਂ ਹੈਗੀ ਅਤੇ ਇਹ ਉਹਨਾਂ ਦੀ ਸਮਾਧੀ ਹੈ ਜਿਨ੍ਹਾਂ ਨੇ ਪੰਜ ਪੀਰ ਵਾਲੇ ਜਿਹੜੇ ਬਾਬੇ ਹੈਗੇ ਸੀ ਉਹਨਾਂ ਦੀ ਬਹੁਤ ਜ਼ਿਆਦਾ ਐਕਚੁਲੀ ਮੈਂ ਹੁਣ ਇੰਸਟਾਗ੍ਰਾਮ 'ਤੇ ਸਟੋਰੀ ਪਾਈ ਸੀ ਕਿ ਮੈਂ ਪੰਜ ਪੀਰ ਅਬੋਹਰ ਆਇਆ ਹੋਇਆ ਅਤੇ ਆ ਬਾਈ ਮੇਰਾ ਹੈਲੋ ਬ੍ਰੋ ਸਪੈਸ਼ਲ ਸਟੋਰੀ ਵੇਖ ਕੇ ਆਇਆ ਥੈਂਕ ਯੂ ਬ੍ਰੋ ਯਾਰ ਅਭੀ ਮੈਂ ਦੇਖੀ ਸਾਹਮਣੇ ਅੱਛਾ ਅੱਛਾ ਕੀ ਨਾਮ ਮੇਰਾ ਇੱਕ ਤਾਂ ਉਹ ਦੇਖੀ ਸੀ ਜਿਹੜੀ ਕਾਰ 'ਚ ਸੀ ਵੀ ਗੋਇੰਗ ਟੂ ਅਬੋਹਰ ਹਾਂ 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 ਫਿਰ ਹੁਣੇ 8 ਮਿੰਟ ਪਹਿਲਾਂ ਜਿਹੜੀ ਪੰਜ ਪੀਰ ਦੀ ਤੁਸੀਂ ਸ਼ਾਇਦ ਹਲੇ ਸ਼ੂਟ ਕਰ ਰਹੇ ਹੋਣਗੇ ਮੈਂ ਆ ਗਿਆ ਕਰ ਰਿਹਾ ਮੇਰਾ ਓ ਥੈਂਕ ਯੂ ਯਾਰ ਬਹੁਤ ਕੀ ਨਾਮ ਮੇਰਾ ਆਪਣਾ ਵੀ ਮੇਰਾ ਹੈ ਐਚ ਪੀ ਆਰ ਹੈਪੀ ਬਰਮਨ ਰਾਏ ਹੈਪੀ ਬਰਮਨ ਰਾਏ ਅੱਛਾ ਅੱਛਾ ਐਚ ਪੀ ਆਰ ਸਵੈਗ ਇਸ ਵੇਲੇ ਆਪਾਂ ਹੈਗੇ ਹਾਂ ਹਿੰਦੂਮਲ ਕੋਟ ਰੋਡ ਤੇ ਇਹ ਕਿੱਥੇ ਜਾਂਦੀ ਹੈ ਹਿੰਦੂਮਲ ਬਾਰਡਰ ਤੇ ਮੇਨ ਚੀਜ਼ ਇੱਥੇ ਹੈਗੀ ਹੈ ਜਦੋਂ ਵੀ ਤੁਸੀਂ ਅਬੋਹਰ ਵਾਲੀ ਸਾਈਡ ਆਓ ਨਾ ਤੁਹਾਨੂੰ ਕਿਨੂਆਂ ਦੇ ਬਾਗ ਬਹੁਤ ਜ਼ਿਆਦਾ ਵੇਖਣ ਨੂੰ ਮਿਲਦੇ ਆ ਹਾਲਾਂਕਿ ਇਹ ਤਾਂ ਛੋਟੇ ਜਿਹੇ ਬਾਗ ਆ ਜਿਹੜੇ ਮੇਨ ਬਾਗ ਮਿਲਦੇ ਆ ਵੇਖਣ ਨੂੰ ਮਿਲਦੇ ਆ ਫਾਜ਼ਿਲਕਾ ਤੇ ਗੰਗਾਨਗਰ ਵਾਲੀ ਰੋਡ ਤੇ ਮੈਨੂੰ ਉਹ ਪੇੜ ਹੈ ਉਹ ਇੱਧਰਲੇ ਪਾਸੇ ਹੀ ਕਿਉਂ ਝੁਕਾਵ ਹੈਗਾ ਹੁੰਦਾ ਉੱਧਰਲੇ ਪਾਸੇ ਕਿਉਂ ਨਹੀਂ ਹੈਗਾ ਪਤਾ ਯਾਰ ਆਪਸ ਚੈਨਲ ਦਾ ਕੋਈ ਲਿੰਕ ਹੋਣਾ ਆਪਸ ਤੇ ਆਪਸ ਇਹਨਾਂ ਨੇ ਇੱਕ ਦੂਜੇ ਨਾਲ ਚੁੰਮੀਆਂ ਚਾਟੀਆਂ ਕਰਨੀਆਂ ਹੁੰਦੀਆਂ ਹੋਣਾ ਕੋਈ ਆਪਸ ਚ ਲਿੰਕ ਹੋਣਾ ਕਹਿੰਦਾ ਦੱਸ ਵੀ ਸੋ ਲਾ ਮਾੜਾ ਦਿਮਾਗ ਕਿਉਂ ਪੇੜ ਐਵੇਂ ਕਿਉਂ ਝੁਕਿਆ ਜਿਹੜਾ ਤੁਸੀਂ ਕਹਿ ਰਹੇ ਹੋ ਸੁਰੰਗ ਜੀ ਬਣ ਰਹੀ ਹੈ ਕਿਉਂ ਐਵੇਂ ਕਿੱਧਰਲੇ ਪਾਸੇ ਕਿਉਂ ਝੁਕਿਆ ਇਹ ਨਾ ਆਮਨੇ ਸਾਹਮਣੇ ਸੜਕਾਂ ਦੇ ਨਾਲ ਆਪਸ ਚ ਪਿਆਰ ਪੈ ਜਾਂਦਾ ਟਰਾਈਆਂ ਮਾਰਦੇ ਕੋਈ ਦੂਜੇ ਉੱਤੇ ਜਿੱਥੇ ਸੈਟਿੰਗ ਬਹਿ ਜਾਂਦੀ ਉਧਰਲੇ ਪੇੜ ਨੂੰ ਮੂੰਹ ਕਰ ਲੈਂਦੇ ਆ ਉਧਰਲੇ ਪਾਸੇ ਦਾ ਖੇਤ ਹੈ ਮੇਰੇ ਵੀ ਉੱਥੇ ਕਿਵੇਂ ਹੋਏਗੀ ਹੋਣਾ ਨਾ ਉਧਰਲੇ ਪਾਸੇ ਪਿਛਲੇ ਪਾਸੇ ਖੇਤ ਨੇ ਉਧਰ ਤੋਂ ਕੋਈ ਪੇੜ ਹੈ ਨਹੀਂ ਹੁਣ ਪੇੜ ਤਾਂ ਆਮਣੇ ਸਾਹਮਣੇ ਆ ਫਿਰ ਉਧਰ ਨੂੰ ਝੁਕਣਗੇ ਇਹਨਾਂ ਦੀ ਸਰੀਰਕ ਰਚਨਾ ਹੀ ਐਵੇਂ ਹੁੰਦੀ ਹੋਈ ਮੈਂ ਦੱਸਾਂ ਕੀ ਰੀਜ਼ਨ ਹੈ ਕੀ ਹੈ ਜਿੱਥੇ ਤੱਕ ਮੈਨੂੰ ਲੱਗਦਾ ਹਾਲਾਂਕਿ ਮੈਨੂੰ ਨਹੀਂ ਪਤਾ ਸਾਇੰਟੀਫਿਕ ਰੀਜ਼ਨ ਹੈਗਾ ਜਾਂ ਨਹੀਂ ਹੈਗਾ ਜਿੱਥੇ ਤੱਕ ਮੈਨੂੰ ਲੱਗਦਾ ਵੀ ਕੀ ਰੀਜ਼ਨ ਹੈਗਾ ਉਹ ਇਹ ਰੀਜ਼ਨ ਹੈਗਾ ਪੇੜ ਕੀ ਇਨਹੇਲ ਕਰਦੇ ਆ ਕਾਰਬਨ ਡਾਈਆਕਸਾਈਡ
ਆਕਸੀਜਨ ਛੱਡਦੇ ਆ, ਕਾਰਬਨ ਡਾਈਆਕਸਾਈਡ ਇਨਹੇਲ ਕਰਦੇ ਆ, ਰੋਡ ਤੇ ਕਾਰ ਪੂਰਾ ਚੱਲਦੀ ਹੁੰਦੀ ਆ, ਕਾਰਬਨ ਡਾਈਆਕਸਾਈਡ ਛੱਡਦੇ ਹੁੰਦੇ ਆ ਨਾ, ਤੇ ਉਹ ਇਨਹੇਲ ਕਰਦੇ ਹੁੰਦੇ, ਇਸ ਕਰਕੇ ਉਹਨਾਂ ਨੂੰ ਇਧਰਲੇ ਪਾਸੇ ਐਂ ਕਰਕੇ ਝੁਕਾਅ ਹੋ ਜਾਂਦਾ ਉਹਨਾਂ ਦਾ। ਪੁਆਇੰਟ ਹੈਗਾ ਗੱਲ 'ਚ ਜਾਂ ਨਹੀਂ ਹੈਗਾ? ਇਹ ਵਾਲੇ ਪੁਆਇੰਟ ਤੋਂ ਹੁਣ ਆਪਾਂ ਪੰਜਾਬ ਤੋਂ ਰਾਜਸਥਾਨ ਐਂਟਰ ਕਰ ਰਹੇ ਹਾਂ, ਇੱਥੋਂ ਦੀ ਰਾਜਸਥਾਨ ਦੀ ਸੀਮਾ ਸ਼ੁਰੂ ਹੋ ਜਾਂਦੀ ਹੈ। ਚਲੋ ਠੀਕ ਹੈ, ਥੈਂਕ ਯੂ ਮੈਮ, ਬਾਏ ਬਾਏ। ਲੈ ਵੀ ਅਸੀਂ ਆਏ ਸੀ ਕਿਸੇ ਬਾਰਡਰ, ਹਿੰਦੂ ਮਲ ਕੋਟ ਬਾਰਡਰ, ਲੇਕਿਨ ਇੱਥੋਂ ਆਪਣੇ ਜਿਵੇਂ ਹਾਲਾਤ ਆਪਣੇ ਥੋੜ੍ਹੇ ਸਖ਼ਤ ਚੱਲ ਰਹੇ ਹੈ, ਇਸ ਕਰਕੇ ਉਹ ਵਾਲਾ ਬਾਰਡਰ ਹੁਣ ਬੰਦ ਕਰ ਦਿੱਤਾ। ਇਸ ਬਾਰਡਰ 'ਤੇ ਕਿਉਂਕਿ ਲਾਈਨ ਨਹੀਂ ਹੈਗੀ, ਸਿਰਫ ਵਾਇਰਿੰਗ ਕੀਤੀ ਹੋਈ ਹੈ। ਅਤੇ ਇਹ ਸੀ ਆਪਣਾ ਵਲੋਗ, ਪਸੰਦ ਆਇਆ ਲਾਈਕ ਕਮੈਂਟ ਐਂਡ ਸਬਸਕ੍ਰਾਈਬ। ਮਿਲਦੇ ਹਾਂ ਅਗਲੇ ਵਲੋਗ 'ਚ ਕੋਈ ਨਵੀਂ ਖੱਪ ਲੈ ਕੇ। ਚਲੋ ਫਿਰ, ਕੁੱਤਾ ਕੱਤਾ ਵੀ ਘਰੇ ਰੱਖਿਆ ਹੈ ਕਿ ਨਹੀਂ ਰੱਖਿਆ? ਘਰਦਿਆਂ ਨੇ ਕੁੱਤਾ ਰੱਖਿਆ ਹੋਇਆ। ਚੱਲ ਠੀਕ ਹੈ, ਬਾਏ ਬਾਏ।